ਸੋ ਪਿੰਡ ਅਜਨੋਹਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿੱਥੇ ਕਿ ਕੋਟ ਪਤੂਹੀ ਬਲਾਕ ਪੱਧਰ 'ਤੇ ਖੇਡ ਮੇਲਾ ਹੋ ਰਿਹਾ ਸੋ ਬਹੁਤ ਹੀ ਦੂਰੋਂ ਦੂਰੋਂ ਸਕੂਲਾਂ ਤੋਂ ਬੱਚੇ ਆਏ ਹੋਏ ਨੇ ਬੱਚੇ ਸੋ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਨੇ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਨਾ ਬੱਚਿਆਂ ਦੇ ਵਿੱਚ ਅਤੇ ਨਾਲ ਇਹਨਾਂ ਦੇ ਅਧਿਆਪਕ ਸਾਹਿਬਾਨ ਸੋ ਪਹੁੰਚੇ ਹੋਏ ਨੇ ਅਤੇ ਛੋਟੀਆਂ ਛੋਟੀਆਂ ਬੱਚੀਆਂ ਅਤੇ ਛੋਟੇ ਛੋਟੇ ਬੱਚੇ ਆ ਜਾਓ ਆ ਜਾਓ ਕਿਹੜੇ ਪਿੰਡ ਆਏ ਸਾਰੇ ਜਣੇ ਹੋਰ ਅੱਛਾ ਬਸ ਰਲੇ ਮਿਲੀ ਸਰਕਾਰ ਆ ਮੋਹਨ ਇਹ ਲੱਗਦਾ ਕੋਲਗੇਟ ਦੀ ਮਸ਼ਹੂਰੀ ਕਰਦਾ ਨਾ ਕੋਲਗੇਟ ਵਰਕ ਕਰਕੇ ਆਇਆ ਕੋਲਗੇਟ ਤੂੰ ਵੀ ਉੱਠਿਆ ਤੈਨੂੰ ਪਾਬੰਦੀ ਰਹੀ ਹੋਈ ਛੋਟੇ ਛੋਟੇ ਬੱਚੇ ਸੋ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਨੇ ਕਿੰਨਾ ਉਤਸ਼ਾਹ ਹੈ ਇਹਨਾਂ ਦੇ ਵਿੱਚ ਇਹ ਖੇਡ ਮੇਲੇ ਦਾ ਸੋ ਇਹ ਖੇਡ ਮੇਲੇ ਹਰੇਕ ਸਕੂਲ 'ਚ ਹਰੇਕ ਪਿੰਡ 'ਚ ਹੋਣੇ ਚਾਹੀਦੇ ਆ ਤਾਂ ਜੋ ਜਿਹੜੀ ਨਸ਼ੇ ਦੀ ਲਹਿਰ ਚੱਲ ਰਹੀ ਆ ਸੋ ਬੱਚੇ ਇਹਨਾਂ ਤੋਂ ਬਚ ਕੇ ਰਹਿਣ ਅਤੇ ਚੰਗੇ ਕਮਾਲ ਲੱਗ ਸਕਣ ਚਲੋ ਵੀ ਕਰੋ ਸਾਰੇ ਹੈਲੋ ਹਾਏ ਪਿੰਡ ਅਜਨੋਹਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿੱਥੇ ਕਿ ਬਲੋਕ ਪੱਧਰ ਦੀਆਂ ਖੇਡਾਂ ਚੱਲ ਰਹੀਆਂ ਦੇਖੋ ਛੋਟੇ ਛੋਟੇ ਬੱਚੇ ਫੁੱਟਬਾਲ ਦੀ ਗੇਮ ਕਰ ਰਹੇ ਆ
के नहीं लगता। एंजॉय कर रहे हैं। पवन कुमार जी सारे ही कलैक्टर ने सैकटर प्रधान से स्कूलों तो आए हुए टीचर साहबान से इन्होंने खेडों में भाग लैके इस खेड मेले की रौनक बुलाने वाले प्यारे प्यारे फुलों वर्ग के कैक के बच्चे तीन दिन तो साढ़े नाल जे साडे खिडाउण दे विच देखो आप खेड सकते हैं पर जिहड़ा खिडाउणा आ बहुत औखा उहदे विच कई ऑब्जैक्शन हुंदे आ